वैसे तो फगवाड़ा पुलिस पहला ही SSP हरकमलप्रीत सिंह खख की अगुवाई दे विच अपनी ड्यूटी तनदेही दे नाल निभाउंदी होई नजर आ रही है, पर जिवें जिवें 15 अगस्त नेड़े आ रही है उसी दे ही चलदियां पुलिस वल्लों अपनी गतिविधियां होर तेज कर दित्तियां गईयां। दरअसल फगवाड़ा दे लोकां दी सुरक्षा नूं मद्देनजर रखदियां अज खुद SSP हरकमलप्रीत सिंह खख ने फगवाड़ा शहर का दौरा किया। उन्होंने पत्रकारां दे नाल गलबात करदे हुए दस्सिया कि शहर के महत्वपूर्ण स्थानां ते पुलिस ने बाज वाली अख रखी हुई है ते लोकां दी सुरक्षा लई लगभग 1000 पुलिस अधिकारी तैनात किए जाणगे ते शहर विच 24 घंटे चौकसी रखी जा रही है, जिस लई पुलिस अधिकारी दीआं वख-वख गश्त पार्टियां स्थापित कीतियां गईआं हन। नाल ही SSP हरकमलप्रीत सिंह खख ने लोकां नूं अपील कीती कि जेकर किसी नूं वी किते कोई भी शक्की चीज नजर आउंदी है तां उस नूं तुरंत पुलिस नूं सूचित कीता जावे। अज 15 अगस्त दी रिगार्डिंग मैं जिहड़े सिक्योरिटी अरेंजमेंट आ ओह चैक कर लई फगवाड़े आया सीगा ते उहदे विच पुलिस जिहड़ी हैगी ऑलरेडी पिछले एक हफ्ते तों कम कर रही है। साडी एंटी सबोटाज वालीआं टीम्स जिहड़ीआं ओह इक इक जगह दी जिहड़ी हैगी आ डीप सर्च कर रहीआं। साडा डॉग स्क्वाड हैगा जिहड़ा ओह वी इत्थे भेजिआ होइआ हैगा, ओह वी टाइम टू टाइम इत्थे कम करके जांदा है क्योंकि फगवाड़ा इदां दा जंक्शन है GT रोड दे उपर, रेलवे लाइन बड़ी इंपोर्टेंट हैगी है, बस स्टैंड इंपोर्टेंट है GT रोड करके, तो बड़ा फर्टाइल एरिया हैगा उहदे करके इत्थे स्पैशल फोकस दिता जांदा हमेशा। तो उहदे लई असीं आए सी कि असीं एक नवी चीज़ इंट्रोड्यूस कर रहे हैगे हाँ ਬਈ ਕਿਉਂਕਿ ਜਿਹੜੀ ਪ੍ਰਬੰਧ ਹੈਗੇ ਆ ਉਹ 15 ਅਗਸਤ ਸੈਂਸਿਟਿਵ ਹੈਗੀ ਆ ਇਸ ਵਾਰ ਵੀ, ਕਾਫੀ ਅਸੀਂ ਸਰਚ ਆਪਰੇਸ਼ਨਸ ਕਰ ਰਹੇ ਹੈਗੇ ਆ। ਲੋਕਾਂ ਨੂੰ ਵੀ ਤੁਹਾਡੇ ਮਾਧਿਅਮ ਰਾਹੀਂ ਮੈਂ ਦੁਬਾਰਾ ਫਿਰ ਅਗਾਹ ਕਰਨਾ ਚਾਹੁੰਦਾ ਵੀ ਕੋਈ ਅਨਅਟੈਂਡਡ ਜਿਹੜੀ ਚੀਜ਼ ਹੈ ਜੇ ਕਿਸੇ ਨੂੰ ਵੀ ਮਿਲਦੀ ਹੈ ਤਾਂ ਉਹਦੀ ਜਿਹੜੀ ਆ ਉਹਨੂੰ ਟੱਚ ਨਾ ਕੀਤਾ ਜਾਵੇ, ਉਹਦੀ ਇਤਲਾਹ ਪੁਲਿਸ ਨਾਲ ਸਾਂਝੀ ਕੀਤੀ ਜਾਵੇ ਅਤੇ ਉਹਨੂੰ ਹੀ ਅੱਗੇ ਤੋਰਦੇ ਹੋਇਆ ਅਸੀਂ ਹੁਣ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ ਕਿ ਜਿਹੜਾ ਸਿਕਿਉਰਿਟੀ ਅਰੇਂਜਮੈਂਟ ਆ ਉਹਦੇ ਵਿੱਚ ਅਸੀਂ ਸਾਡੇ ਕੋਲ ਆਪਣੇ ਸਰਕਾਰੀ ਜਿਹੜੇ ਡਰੋਨਸ ਹੈਗੇ ਆ, ਬੜੇ ਸਫਿਸਟੀਕੇਟਡ ਮਸ਼ੀਨਸ ਹੈਗੀਆਂ ਸਾਡੇ ਕੋਲ, ਅਸੀਂ ਉਹਨਾਂ ਦੀ ਵਰਤੋਂ ਕਰਾਂਗੇ। ਉਹਨਾਂ ਦੇ ਨਾਲ ਜਿਹੜਾ ਹੈਗਾ ਬਹੁਤ ਲੰਬਾ ਚੌੜਾ ਏਰੀਆ ਜਿਹੜਾ ਇੱਕ ਜਗ੍ਹਾ ਦੇ ਉੱਪਰ ਕਵਰ ਕੀਤਾ ਜਾ ਸਕਦਾ, ਤੁਸੀਂ ਆਪਣੀ ਜਿਹੜੀ ਪੁਲਿਸ ਦੀ ਡਿਊਟੀ ਆ ਉਹ ਵੀ ਚੈੱਕ ਕਰ ਸਕਦੇ ਆ ਵੀ ਉੱਥੇ ਪ੍ਰੋਪਰ ਹੋ ਰਹੀ ਆ ਜਾਂ ਨਹੀਂ ਹੋ ਰਹੀ, ਅਤੇ ਬਾਕੀ ਵੀ ਤੁਸੀਂ ਸਾਰਾ ਏਰੀਆ ਜਿਹੜਾ ਹੈਗਾ ਆ ਉਹਨੂੰ ਇੱਕ ਜਗ੍ਹਾ 'ਤੇ ਹੀ ਦੇਖ ਕੇ 5 ਕਿਲੋਮੀਟਰ ਤਕਰੀਬਨ 2 ਕਿਲੋਮੀਟਰ ਤੋਂ 2x2 4 ਕਿਲੋਮੀਟਰ ਦੇ ਘੇਰੇ 'ਚ ਸਾਰਾ ਕੁਛ ਤੁਸੀਂ ਉਹ ਜਿਹੜਾ ਪ੍ਰਬੰਧ ਆ ਉਹ ਦੇਖ ਸਕਦੇ ਹਾਂ। ਜਿੱਦਾਂ ਹੁਣ ਮੈਂ ਇੱਥੇ SP ਆਫਿਸ 'ਚ ਬੈਠਾ ਹਾਂ ਅਤੇ ਇਹਦੇ ਆਲੇ ਦੁਆਲੇ 2 ਕਿਲੋਮੀਟਰ 'ਚ ਕਾਫੀ ਇੰਪੋਰਟੈਂਟ ਐਸਟੈਬਲਿਸ਼ਮੈਂਟ ਹੈ, ਰੇਲਵੇ ਸਟੇਸ਼ਨ ਆਇਆ, ਬੱਸ ਸਟੈਂਡ ਆਇਆ, ਮਾਰਕੀਟਸ ਹੈਗੀਆਂ ਜਿੱਥੇ ਸਾਡੇ 15 ਅਗਸਤ ਦਾ ਫੰਕਸ਼ਨ ਹੋਣਾ, ਉਹ ਸਕੂਲ ਦੀ ਗਰਾਊਂਡ ਵੀ ਨੇੜੇ ਆ ਸਿਟੀ ਥਾਣੇ ਦੇ, ਉਹ ਅਸੀਂ ਸਾਰੀਆਂ ਹੀ ਹੁਣ ਸਾਰਿਆਂ ਨੇ ਦੇਖੀਆਂ ਉੱਥੇ ਮੌਕੇ 'ਤੇ ਜਾ ਕੇ, ਅਤੇ ਪੁਲਿਸ ਆਪਣਾ ਕੰਮ ਕਰ ਰਹੀ ਹੈਗੀ ਹੈ। ਬਾਕੀ ਮੈਂ ਆਸ ਕਰਦਾ ਵੀ ਲੋਕਲ ਆਫਿਸਰ ਜਿਹੜੇ ਹੈਗੇ ਆ ਉਹ ਹੋਰ ਵੀ ਅੱਛਾ ਪ੍ਰਬੰਧ ਕਰਨਗੇ। ਨਾਈਟ ਸਿਕਿਉਰਿਟੀ ਅਸੀਂ ਔਲਰੇਡੀ ਇਨਕਰੀਜ਼ ਕੀਤੀ ਹੋਈ ਹੈ, ਐਕਸਟਰਾ ਫੋਰਸ ਅਸੀਂ ਜਿਹੜੀ ਆ ਪੁਟ ਇਨ ਕੀਤੀ ਹੋਈ ਹੈ ਆਪਣੀ ਐਫਰਟ ਦੇ ਵਿੱਚ, ਜਿੰਨੀ ਅਸੀਂ ਕਰ ਸਕਦੇ ਸੀਗੇ ਉਹਦੇ ਮੁਤਾਬਕ ਅਸੀਂ ਐਕਸਟਰਾ ਫੋਰਸ ਲਗਾਈ ਹੈ, ਅਤੇ ਤਾਂ ਕਿ ਜਿਹੜਾ 15 ਅਗਸਤ ਦਾ ਫੰਕਸ਼ਨ ਹੈਗਾ ਬਹੁਤ ਅੱਛੇ ਤਰੀਕੇ ਦੇ ਨਾਲ ਸਿਰ ਚੜ੍ਹ। ਫਗਵਾੜਾ ਤੋਂ ਯਸ਼ ਸ਼ਰਮਾ ਦੀ ਰਿਪੋਰਟ। ਫਗਵਾੜੇ ਦਾ ਸਿੰਘਟ੍ਰੋਨਿਕ ਪੰਜਾਬ ਵਿੱਚ ਸਭ ਤੋਂ ਸਸਤਾ ਬਣਿਆ ਮੋਬਾਈਲਾਂ ਦਾ ਸਟੋਰ, ਜਿੱਥੇ ਐਪਲ, ਸੈਮਸੰਗ, ਵੀਵੋ, ਓਪੋ, ਰੀਅਲਮੀ, MI ਦੇ ਫੋਨ ਆਨਲਾਈਨ ਨਾਲੋਂ ਵੀ ਸਸਤੇ ਮਿਲਦੇ ਹਨ। ਇੱਥੇ ਕੋਈ ਵੀ ਨਵਾਂ ਫੋਨ ਖਰੀਦੋ, ਨਾਲ ਪਾਓ ਫ੍ਰੀ ਗਿਫਟ। ਗ੍ਰਾਹਕ ਦਾ ਸਮਾਂ ਬਚਾਉਂਦੇ ਹੋਏ ਸਿਰਫ 1 ਘੰਟੇ ਦੇ ਅੰਦਰ ਅੰਦਰ ਘੱਟ ਰੇਟਾਂ ਤੇ ਮੋਬਾਈਲ ਰਿਪੇਅਰ ਵੀ ਕੀਤੀ ਜਾਂਦੀ ਹੈ। ਫਗਵਾੜਾ ਦੇ 20 ਕਿਲੋਮੀਟਰ ਦੇ ਏਰੀਆ ਵਿੱਚ ਫਾਈਨੈਂਸ ਦੀ ਸੁਵਿਧਾ ਵੀ ਉਪਲਬਧ ਹੈ। ਸਿੰਘਟ੍ਰੋਨਿਕ ਤੋਂ ਤੁਸੀਂ ਆਸਾਨ ਕਿਸ਼ਤਾਂ ਤੇ ਵੀ ਫੋਨ ਖਰੀਦ ਸਕਦੇ ਹੋ, ਨਾਲ ਮਿਲਣਗੇ ਆਕਰਸ਼ਿਤ ਗਿਫਟ। ਇੱਥੇ ਸੈਕਿੰਡ ਹੈਂਡ ਫੋਨ ਤੇ ਮੋਬਾਈਲਾਂ ਦੀ ਹਰ ਤਰ੍ਹਾਂ ਦੀ ਅਸੈਸਰੀ ਵੀ ਮਿਲਦੀ ਹੈ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਪਹੁੰਚੋ ਸਿੰਘਟ੍ਰੋਨਿਕਸ ਮੋਬਾਈਲਸ ਗੈਜਟਸ ਐਂਡ ਰਿਪੇਅਰ, ਗੁਰੂ ਹਰਗੋਬਿੰਦ ਨਗਰ, ਫਗਵਾੜਾ। ਵਧੇਰੇ ਜਾਣਕਾਰੀ ਲਈ ਕਾਲ ਕਰੋ 98141 0824 98552 22000।